ਰੇਲਵੇ ਮਹਿਕਮੇ ਨੇ ਜ਼ਮੀਨ ਰਿਕਵਾਇਰ ਕਰੀ ਸੀ ਜੀ। ਇਹ 2007 ਦੇ ਵਿੱਚ ਇਹਨਾਂ ਨੇ ਰਿਕਵਾਇਰ ਕੀਤੀ ਜ਼ਮੀਨ। ਆਪਕੀ ਜ਼ਮੀਨ ਸੀ? ਹਾਂਜੀ। ਉਦੋਂ ਬਾਅਦ ਦੇ ਵਿੱਚ 25 ਲੱਖ ਕਿੱਲੇ ਦੀ ਕੀਮਤ ਦਿੱਤੀ ਸੀਗੀ ਅਤੇ ਨਾਲ ਦੇ ਪਿੰਡ ਨੂੰ 71 ਲੱਖ ਕੀਮਤ ਦਿੱਤੀ ਸੀਗੀ। ਉਹਦੇ ਬਾਅਦ ਦੇ ਵਿੱਚ ਅਸੀਂ ਕੇਸ ਕੀਤਾ ਸੀਗਾ, ਕੇਸ ਅਸੀਂ 29/1/2015 ਨੂੰ ਕੇਸ ਜਿੱਤ ਗਏ ਸੀਗੇ। ਜਦ ਤੋਂ ਆਰਡਰ ਹੋਇਆ ਉਦੋਂ ਬਾਅਦ ਦੇ ਵਿੱਚ ਇਹਨਾਂ ਨੇ ਪੇਮੈਂਟ ਅਜੇ ਤੱਕ ਨਹੀਂ ਪਾਈ। ਕੌਣ ਸੀ ਜਗ੍ਹਾ ਸੀ ਆਪਣੀ? ਕਹਾਂ ਪੇ? ਕਟਾਣਾ ਸਾਹਿਬ ਪਿੰਡ ਹੈ ਜੀ। ਕਟਾਣਾ ਸਾਹਿਬ? ਕਟਾਣਾ ਸਾਹਿਬ ਜ਼ਿਲ੍ਹਾ ਲੁਧਿਆਣਾ। ਰੇਲਵੇ ਨੇ ਆਰਡਰ ਕੀਆ ਜੀ 71 ਲੱਖ ਬੇਸ ਪਾ ਕੇ, ਉਹਦੇ ਤੇ ਵਿਆਜ ਵੀ ਪਾ ਕੇ 1,05,38,000 ਕੀਮਤ ਬਣਦੀ ਹੈ। ਉਹਨਾਂ ਨੇ ਕਿਹਾ ਵੀ ਜਲਦ ਤੋਂ ਜਲਦ ਪੇਮੈਂਟ ਪਾਓ, ਇਹਨਾਂ ਨੇ ਪਾਈ ਨਹੀਂ ਅਜੇ ਤੱਕ, 2 ਸਾਲ ਹੋ ਗਏ ਆਰਡਰ ਹੋਏ ਨੂੰ। ਕੁਛ ਵੀ ਨਹੀਂ ਦੱਸਿਆ ਇਹਨਾਂ ਨੇ ਅਜੇ ਤੱਕ। ਰੇਲਵੇ ਦੇ ਹੁਣ ਸਟਾਫ ਦੀ ਅਟੈਚ ਕਰਤੀ ਹੈ ਜੀ, ਆਫਿਸਰ ਅਟੈਚ ਕਰਨ ਲੱਗੇ। ਠੀਕ ਹੈ। ਆਜ ਹਮ ਜਹਾਂ ਮਾਨਯੋਗ ਸ਼੍ਰੀ ਜਸਪਾਲ ਵਰਮਾ ਜੀ, ਐਡੀਸ਼ਨਲ ਸੈਸ਼ਨ ਜੱਜ ਕੇ ਹੁਕਮ ਕੇ ਮੁਤਾਬਿਕ ਰੇਲਵੇ ਸਟੇਸ਼ਨ ਕੇ ਸਟੇਸ਼ਨ ਮਾਸਟਰ ਕੇ ਰੂਮ ਔਰ ਸ਼ਤਾਬਦੀ ਅਟੈਚ ਕਰਨੇ ਆਏ ਥੇ। ਸ਼ਤਾਬਦੀ ਜੋ ਸਵਰਨ ਸ਼ਤਾਬਦੀ 12030 ਜੋ ਦਿੱਲੀ ਕੋ ਜਾਤੀ ਹੈ ਵੋ ਤੋ ਅਟੈਚ ਹੋ ਗਈ ਹੈ। ਉਸਕੇ ਬਾਅਦ ਸਟੇਸ਼ਨ ਮਾਸਟਰ ਕੇ ਰੂਮ ਕੀ ਅਟੈਚਮੈਂਟ ਕੀ ਕਾਰਵਾਈ ਚੱਲ ਰਹੀ ਹੈ। ਬੇਸਿਕ ਮਸਲਾ ਜੇ ਹੈ ਕਿ 2015 ਮੇਂ ਮਾਨਯੋਗ ਸ਼੍ਰੀ ਐਚ ਐਸ ਗਰੇਵਾਲ ਜੀ ਕੀ ਅਦਾਲਤ ਨੇ ਡਿਕਰੀ ਦੀ ਕੀ ਥੀ, ਜੋ ਲੈਂਡ ਐਕਵੀਜੀਸ਼ਨ ਹੋਈ ਸੀ ਉਸਕੇ ਰੇਟ 25 ਲੱਖ ਏਕੜ ਸੇ 50 ਲੱਖ ਏਕੜ ਪਲੱਸ ਇੰਟਰਸਟ ਔਰ ਜੋ ਵੀ ਬੈਨੀਫਿਟਸ ਹੈ ਵੋ ਦੀਏ ਥੇ। 29/1/15 ਕੋ ਜੇ ਡਿਕਰੀ ਪਾਸ ਹੋਈ ਸੀ। ਉਸਕੇ ਬਾਅਦ ਕਈ ਓਪਰਚੁਨਿਟੀਜ਼ ਰੇਲਵੇ ਕੋ ਦੀ ਗਈ, ਰੇਲਵੇ ਨੇ ਓਪਰਚੁਨਿਟੀਜ਼ ਅਵੇਲ ਕਰਨੇ ਕੇ ਬਾਵਜੂਦ ਕੋਈ ਪੈਸਾ ਨਹੀਂ ਜਮ੍ਹਾਂ ਕਰਾਇਆ ਔਰ 1,05,00,000 ਰੁਪਇਆ ਡਿਊ ਥਾ, ਜਿਸ ਕੀ ਮਾਨਯੋਗ ਅਦਾਲਤ ਜਸਪਾਲ ਵਰਮਾ ਜੀ ਨੇ ਰੇਲਵੇ ਸਟੇਸ਼ਨ ਸੁਪਰਡੈਂਟ ਆਫਿਸ ਐਂਡ ਸ਼ਤਾਬਦੀ ਕੋ ਅਟੈਚ ਕਰਨੇ ਕੇ ਹੁਕਮ ਦਿਆ, ਜੋ ਕਿ ਕਾਰਵਾਈ ਅਭੀ ਚੱਲ ਰਹੀ ਹੈ। ਸ਼ਤਾਬਦੀ ਕੋ ਐਸੇ ਹੈ ਕਿ ਉਨਕੇ ਸੈਕਸ਼ਨ ਇੰਜੀਨੀਅਰ ਸ਼੍ਰੀ ਪ੍ਰਦੀਪ ਕੁਮਾਰ ਜੀ ਨੇ ਆਪਣੀ ਸਪੁਰਦਾਰੀ ਮੇਂ ਲੀ ਹੈ, ਉਨ੍ਹਾਂ ਨੇ ਜਿੰਮੇਵਾਰੀ ਲੀ ਹੈ ਕਿ ਜੋ ਵੀ ਅਦਾਲਤ ਕਾ ਹੁਕਮ ਹੋਗਾ ਵੋ ਉਨਕੋ ਮਾਨਯ ਹੋਗਾ ਔਰ ਵੋ ਅਦਾਲਤ ਕੇ ਹੁਕਮ ਕੋ ਲਾਗੂ ਕਰੇਂਗੇ। ਇਸ ਲਈ ਹਮਨੇ ਪਬਲਿਕ ਕੀ ਇਨਕਨਵੀਨੀਅੰਸ ਕੋ ਦੇਖਤੇ ਹੋਏ, ਤਾਂ ਕਿ ਪਬਲਿਕ ਕੋਈ ਹਰਾਸਮੈਂਟ ਨਾ ਹੋ, ਇਸ ਲਈ ਹਮਨੇ ਸ਼ਤਾਬਦੀ ਕੋ ਅਟੈਚਮੈਂਟ ਕੇ ਬਾਅਦ ਇੰਟੀਮੇਸ਼ਨ ਵੋ ਸੁਪਰਦਾਰੀ ਦੇ ਦੀ ਔਰ ਗਾੜੀ ਕੋ ਜਾਣੇ ਦੀ ਹੈ, ਤਾਂ ਕਿ ਪਬਲਿਕ ਕੋ ਇਨਕਨਵੀਨੀਅੰਸ ਨਾ ਹੋ। ਜੀ ਕਟਾਣਾ ਵਿਲੇਜ ਹੈ, ਕਟਾਣਾ ਵਿਲੇਜ ਹਮਾਰੇ ਲੁਧਿਆਣਾ ਮੇਂ ਜਹਾਂ ਸੇ 30 ਕਿਲੋਮੀਟਰ ਦੂਰ ਹੈ, ਵਹਾਂ ਚੰਡੀਗੜ੍ਹ ਔਰ ਲੁਧਿਆਣਾ ਰੇਲਵੇ ਲਿੰਕ ਲਾਈਨ ਜੋ ਬਨੀ ਥੀ ਉਸਕੇ ਲੀਏ ਜਗ੍ਹਾ ਅਕਵਾਇਰ ਕੀ ਗਈ ਥੀ। ਜੇ 2007 ਕੋ ਅਕਵਾਇਰ ਕੀ ਗਈ ਥੀ, ਤਕਰੀਬਨ 2007 ਮੇਂ ਹੀ ਹਮਨੇ ਕੇਸ ਲਗਾਇਆ ਥਾ, ਜੋ 2015 ਮੇਂ ਡਿਕਰੀ ਹੋਆ ਥਾ ਔਰ ਉਸਕੇ ਬਾਅਦ ਐਗਜੀਕਿਊਸ਼ਨ ਲਗਾਈ ਥੀ, 2 ਸਾਲ ਹੋ ਗਏ ਐਗਜੀਕਿਊਸ਼ਨ ਕੋ ਵੀ ਲਗੇ ਹੋਏ। ਟੋਟਲ ਤਕਰੀਬਨ 5 ਬੀਘੇ ਔਰ 15-20 ਸਵੇ ਕੇ ਕਰੀਬ ਥਾ। ਅਗਰ ਕਿ ਅਬ 18 ਤਰੀਕ ਕੋ ਆਗੇ 18 ਮਾਰਚ ਕੀ ਤਰੀਕ ਹੈ, ਤੋ ਇਨਕੇ ਸੈਕਸ਼ਨ ਇੰਜੀਨੀਅਰ ਜਿਨ੍ਹਾਂ ਨੇ ਸੁਪਰਦਾਰੀ ਕੀ ਜ਼ਿੰਮੇਵਾਰੀ ਲਈ ਹੈ ਵੋ ਕੋਰਟ ਕੋ ਪੇਸ਼ ਹੋ ਕੇ ਬਤਾਏਂਗੇ, ਨਹੀਂ ਤੋ ਕੋਰਟ ਸ਼ਤਾਬਦੀ ਔਰ ਸਟੇਸ਼ਨ ਕੇ ਮਾਸਟਰ ਕੇ ਰੂਮ ਕੋ ਆਕਸ਼ਨ ਕਰਨੇ ਕੇ ਆਰਡਰ ਕਰ ਸਕਤੇ ਹੈ, ਅਗਰ ਜੇ ਪੇਮੈਂਟ ਨਹੀਂ ਜਮ੍ਹਾਂ ਕਰਾਤੇ ਕੋਰਟ ਕੇ ਅਪਰਚੁਨਿਟੀ ਦੇਣੇ ਕੇ ਬਾਵਜੂਦ।